ਗੁੱਸੇ ਦੇ ਵਿੱਚ ਨੇ ਰਾਜਪਾਲ ਸਾਹਿਬ ਉਹਨਾਂ ਉਹਨਾਂ ਚੇਤਾਵਨੀ ਦਿੱਤੀਗੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੀ ਕਹਿੰਦੇ ਜੇ ਤੁਸੀਂ ਮੇਰੀ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਮਜਬੂਰਨ ਮੈਨੂੰ ਰਾਸ਼ਟਰਪਤੀ ਤੱਕ ਅਪਰੋਚ ਕਰਨੀ ਪਵੇਗੀ ਤੁਸੀਂ ਗੱਲ ਕੀਤੀ ਹੈ ਨਾ ਕਿ ਗਵਰਨਰ ਸਾਹਿਬ ਚਿੱਠੀਆਂ ਲਿਖਦੇ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਇਹ ਮਾਡਲ ਹੁੰਦੇ ਨੇ ਪੂਰੇ ਸਟੇਟ ਵਾਸਤੇ ਲੋਕਾਂ ਵਾਸਤੇ ਬਾਕੀ ਐਡਮਿਨਿਸਟ੍ਰੇਸ਼ਨ ਵਾਸਤੇ ਤੇ ਜੇ ਉਹ ਸਾਡੇ ਘਰ ਦੇ ਉੱਪਰ ਵਾਲੇ ਲੜੀ ਜਾਣਗੇ ਤੇ ਥੱਲੇ ਵਾਲਿਆਂ ਨੇ ਤੇ ਸਾਡਾ ਫਿਰ ਮਜ਼ਾਕ ਉਡਾਉਣਾ ਹੀ ਆ ਜਿਹਦੀ ਚਿੱਠੀ ਸੱਚਮੁੱਚ ਬਹੁਤ ਖਤਰਨਾਕ ਚਿੱਠੀ ਹੈ ਰਾਜਪਾਲ ਸਾਹਮਣੇ ਕਿਹਾ ਸੀ ਮੈਨੂੰ ਸ਼ਿਕਾਇਤਾਂ ਮਿਲ ਰਹੀ ਨੇ ਭ੍ਰਿਸ਼ਟਾਚਾਰ ਦੀ ਜੀ ਤਾਂ ਕਾਂਗਰਸੀ ਪ੍ਰਧਾਨ ਨੇ ਰਾਜਾ ਵੜਿੰਗ ਬੜੇ ਜੋਸ਼ੀਲੇ ਨੇ ਉਹਨਾਂ ਕੋਲ ਕਹੇ ਰਾਜਪਾਲ ਸਾਹਿਬ ਨਾਮਜਨਤਕ ਕਰੋ ਕਿ ਚਿੱਠੀਆਂ ਅਨੋਨਿਮਸ ਹੁੰਦੀਆਂ ਨੇ ਗੁੰਮਨਾਮ ਹੁੰਦੀਆਂ ਨੇ ਜੀ ਉਂਝ ਹੀ ਲਿਖਿਆ ਹੋਊਗਾ ਕਿ ਫਲਾਣਾ ਸਿੰਘ ਫਲਾਣਾ ਪਿੰਡ ਫਲਾਣਾ ਕੁਮਾਰ ਫਲਾਣਾ ਮੱਲਾ ਫਲਾਣਾ ਸ਼ਹਿਰ ਉਹ ਜਦੋਂ ਕਈ ਵਾਰੀ ਉੱਥੇ ਜਾ ਕੇ ਦਰਿਆਫਤ ਕੀਤੀ ਜਾਂਦੀ ਆ ਤਾਂ ਉਹ ਬੰਦਾ ਹੀ ਨਹੀਂ ਹੁੰਦਾ ਤੇ ਉਹ ਕਹਿੰਦੇ ਵੀ ਜੇ ਤੁਸੀਂ ਇਸ ਚਿੱਠੀ ਦਾ ਜਵਾਬ ਨਹੀਂ ਦਿੰਦੇ ਤਾਂ ਫੇਰ ਮੈਂ 356 ਤੇ ਕਾਰਵਾਈ ਕਰਨ ਲਈ ਰਾਸ਼ਟਰਪਤੀ ਨੂੰ ਕਹਿ ਸਕਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਪੰਚਾਇਤ ਦੀਆਂ ਚੋਣਾਂ ਵੀ ਨਾ ਕਰਵਾ ਸਕੇ ਉਦੋਂ ਪਹਿਲਾਂ ਹੀ ਸਰਕਾਰ ਰਾਸ਼ਟਰਪਤੀ ਰਾਜ ਲੱਗ ਜਾਵੇ ਰਾਜਾਵੜਿੰਗ ਪ੍ਰਧਾਨ ਨੇ ਜੀ ਕਾਂਗਰਸ ਦੇ ਉਹਨਾਂ ਵੱਲ ਸੰਬੋਧਨ ਕੀਤਾ ਜਾ ਰਿਹਾ ਸੀ ਪਾਰਟੀ ਨੂੰ ਜਿੱਥੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਨਦਰ ਸਿੰਘ ਤੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕੈਪਟਨ ਅਮਨਦਰ ਸਿੰਘ ਨੇ ਸ਼੍ਰੀ ਗੁਪਤਾ ਗੁਟਕਾ ਸਾਹਿਬ ਦੀ ਹੱਥ ਚ ਸੌ ਫੜ ਕੇ ਖਾਧੀ ਸੀ ਜਿਹਦੇ ਚੱਲਦਿਆਂ ਅੱਜ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਨਿੰਦਰ ਸਿੰਘ ਨੂੰ ਇੰਨਾ ਜ਼ਿਆਦਾ ਨਕਾਰ ਦਿੱਤਾ ਹੈ ਜਿਹਨੂੰ ਲੋਕੀ ਦੇਖਣ ਵਾਸਤੇ ਖੜੇ ਹੁੰਦੇ ਸੀ ਅੱਜ ਉਹਨਾਂ ਨੂੰ ਨਾਮ ਸੁਣਨਾ ਵੀ ਪਸੰਦ ਨਹੀਂ ਜਦੋਂ ਲੋਕਾਂ ਦੇ ਮਨਾਂ ਤੋਂ ਲੀਡਰ ਲੱਤ ਜਾਂਦੇ ਆ ਫਿਰ ਇਸ ਢੰਗ ਨਾਲ ਹੀ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਪਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸਾ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਏ ਚ ਆਉਣ ਦਾ ਸਵਾਗਤ ਕਰਦੇ ਹਾਂ ਬੜਾ ਸਾਰਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਬਲਵਿੰਦਰ ਜੀ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਬੁਲਾਇਆ ਤੇ ਮੇਰੇ ਦਰਸ਼ਕਾਂ ਦਾ ਵੀ ਜਿਹੜਾ ਉਹ ਬਹੁਤ-ਬਹੁਤ ਉਹਨਾਂ ਨੂੰ ਸਵਾਗਤ ਕਰਦੇ ਆਂ ਜੀ ਅਸੀਂ ਜੀ ਜੀ ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨੀ ਕੋਈ ਨਾ ਕੋਈ ਟਕਰਾਅ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜਪਾਲ ਨਾਲ ਚੱਲਦਾ ਰਹਿੰਦਾ ਜਿਹਦੇ ਚੱਲਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਤੇ ਰਾਜਪਾਲ ਵੱਲੋਂ ਚਿੱਠੀਆਂ ਲਿਖੇ ਜਾਂਦੀਆਂ ਨੇ ਤੇ ਅੱਜ ਇੱਕ ਨਵੀਂ ਚਿੱਠੀ ਸਾਹਮਣੇ ਆਈ ਹੈ ਜਿਹਦੇ ਚੱਲਦੇ ਅੱਜ ਗੁੱਸੇ ਦੇ ਵਿੱਚ ਨੇ ਰਾਜਪਾਲ ਸਾਹਿਬ ਉਹਨਾਂ ਉਹਨਾਂ ਚੇਤਾਵਨੀ ਦਿੱਤੀ ਗਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੀ ਕਹਿੰਦੇ ਜੇ ਤੁਸੀਂ ਮੇਰੀ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਮਜਬੂਰਨ ਮੈਨੂੰ ਰਾਸ਼ਟਰਪਤੀ ਤੱਕ ਅਪਰੋਚ ਕਰਨੀ ਪਵੇਗੀ ਬਿਲਕੁਲ ਬਲਵਿੰਦਰ ਜੀ ਤੁਸੀਂ ਬਹੁਤ ਜਿਹੜਾ ਚਰਚਿਤ ਮੁੱਦਾ ਅੱਜ ਦਾ ਜੀ ਉਹਦੀ ਗੱਲ ਸ਼ੁਰੂਆਤ ਕੀਤੀ ਹੈ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਗਵਰਨਰ ਸਾਹਿਬ ਚਿੱਠੀਆਂ ਲਿਖਦੇ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਉਹ ਜਵਾਬ ਟਵਿੱਟਰ ਤੇ ਦਿੰਦੇ ਆ ਜਦੋਂ ਕਿ ਇੱਕ ਡੈਕਰਮ ਹੈ ਇੱਕ ਡੀਸੈਂਸੀ ਹੈ ਆਫਿਸਿਸ ਦੀ ਮਤਲਬ ਗਵਰਨਰ ਦੇ ਆਫਿਸ ਦੀ ਤੇ ਮੁੱਖ ਮੰਤਰੀ ਦੇ ਆਫਿਸ ਦੀ ਕਿ ਇਹਨਾਂ ਦੇ ਵਿੱਚ ਇਹ ਮਾਡਲ ਹੁੰਦੇ ਨੇ ਪੂਰੇ ਸਟੇਟ ਵਾਸਤੇ ਲੋਕਾਂ ਵਾਸਤੇ ਬਾਕੀ ਐਡਮਿਨਿਸਟ੍ਰੇਸ਼ਨ ਵਾਸਤੇ ਤੇ ਜੇ ਉਹ ਸਾਡੇ ਘਰ ਦੇ ਹੀ ਉੱਪਰ ਵਾਲੇ ਲੜੀ ਜਾਣਗੇ ਤੇ ਥੱਲੇ ਵਾਲਿਆਂ ਨੇ ਤੇ ਸਾਡਾ ਫਿਰ ਮਜ਼ਾਕ ਉਡਾਉਣਾ ਹੀ ਆ ਤੇ ਵਿਰੋਧੀ ਪਾਰਟੀਆਂ ਨੂੰ ਜਿਹੜਾ ਉਹ ਮੌਕਾ ਮਿਲ ਜਾਏਗਾ ਜੀ ਸੋ ਅੱਜ ਦੀ ਚਿੱਠੀ ਸੱਚਮੁੱਚ ਬਹੁਤ ਖਤਰਨਾਕ ਚਿੱਠੀ ਆ ਇਹਦੇ ਕਈ ਅਰਥ ਜਿਹੜੇ ਆ ਉਹ ਕੱਢੇ ਜਾਂਦੇ ਆ ਉਹ ਪਹਿਲਾ ਅਰਥ ਤੇ ਇਹ ਕੱਢਿਆ ਜਾ ਰਿਹਾ ਕਿ ਸ਼ਾਇਦ ਜਮੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਸਾਹਿਬ ਇਲਜ਼ਾਮ ਲਾਉਂਦੇ ਆ ਕਿ ਕੇਂਦਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਰਾਜਪਾਲ ਦੇ ਰਾਂਹੀ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਬਣ ਕੇ ਉਭਰੀ ਐ ਤੇ ਜਿੱਥੇ ਕਿ ਉਹਨਾਂ ਦੀ ਬੜੇ ਲੰਮੇ ਸਮੇਂ ਤੋਂ ਨਿਗਾ ਸੀ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਜ ਕਰਨਾ ਜੀ ਇੱਕ ਤਾਂ ਇਹ ਗੱਲ ਦਾ ਦੋਸ਼ ਜਿਹੜਾ ਉਹ ਲੱਗਦਾ ਜਾ ਰਿਹਾ ਦੂਸਰਾ ਇਹ ਵੀ ਸਮਝਿਆ ਜਾ ਰਿਹਾ ਕਿ ਇਹ ਵਿਵਾਦ ਵਾਧਾ ਕਿਉਂ ਜਾ ਰਿਹਾ ਕਿਉਂਕਿ ਇਹ ਵਿਵਾਦ ਜਵਾਬ ਨਾ ਦੇਣ ਦਾ ਮੁੱਖ ਮੰਤਰੀ ਵੱਲੋਂ ਇਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਜਦੋਂ ਸਰਕਾਰ ਜਿਹੜੀ ਐ ਉਹ ਆਪਣੀ ਪਾਵਰ ਦੇ ਵਿੱਚ ਆਈ ਔਰ ਉਸ ਤੋਂ ਬਾਅਦ ਤਕਰਾਰ ਚੱਲਣੇ ਜਿਹੜੇ ਆ ਸ਼ੁਰੂ ਹੋ ਗਏ ਔਰ ਕਈ ਵਾਰ ਇਹ ਹੋ ਚੁੱਕਿਆ ਔਰ ਖਾਸ ਤੌਰ ਤੇ ਜਦੋਂ ਗਵਰਨਰ ਸਾਹਿਬ ਨੇ ਸ੍ਰੀ ਬਨਵਾਰੀ ਲਾਲ ਪ੍ਰੋਹ ਜੀ ਨੇ ਉਹਨਾਂ ਕੋਲ ਜਵਾਬ ਮੰਗਿਆ ਸੀ ਕਿ ਪੰਜਾਬ ਦੇ ਵਿੱਚ ਕਿਉਂਕਿ ਉਹ ਕਹਿੰਦੇ ਆ ਮੇਰੇ ਕੋਲੇ ਕੁਝ ਸ਼ਿਕਾਇਤਾਂ ਆਈਆਂ ਸੀ ਕਿ ਜਿਹੜੇ ਤੁਸੀਂ ਸਿੰਗਾਪੁਰ ਦੇ ਵਿੱਚ ਪ੍ਰਿੰਸੀਪਲ ਭੇਜਿਆ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਚੁਣਨ ਵਾਸਤੇ ਕੀ ਕ੍ਰਾਈਟੇਰੀਆ ਵਰਤਿਆ ਜੀ ਕਿੰਨਾ ਖਰਚ ਆਇਆ ਉਹਦੇ ਉੱਤੇ ਰਾਜਪਾਲ ਨੇ ਤੇ ਉਹ ਇਸ ਦਾ ਇਸ ਦੀ ਜਾਣਕਾਰੀ ਮੰਗ ਸਕਦੇ ਆ ਔਰ ਉਹ ਇਸ ਚਿੱਠੀ ਦੇ ਵਿੱਚ ਜਿਹੜੀ ਉਹਨਾਂ ਨੇ ਹੁਣ ਚਿੱਠੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਤੇ ਬੜੀਆਂ ਸਪਸ਼ਟ ਕਰ ਦਿੱਤੀਆਂ ਕਿ ਰਾਜਪਾਲ ਪੰਜਾਬ ਜਾਂ ਕੋਈ ਵੀ ਹੋਵੇ ਉਹ ਆਪਣੀ ਸਰਕਾਰ ਤੋਂ ਆਪਣੀ ਸਰਕਾਰ ਪ੍ਰਤੀ ਕਿਉਂਕਿ ਜਦੋਂ ਉਹ ਭਾਸ਼ਣ ਦਿੰਦੇ ਆ ਰਾਜਪਾਲ ਸਾਹਿਬ ਸਦਨ ਨੂੰ ਸੰਬੋਧਨ ਕਰਦੇ ਆ ਵਿਧਾਨ ਸਭਾ ਦੇ ਤਾਂ ਉਹ ਕਹਿੰਦੇ ਮੇਰੀ ਸਰਕਾਰ ਜੀ ਸੋ ਸਰਕਾਰ ਉਹਨਾਂ ਦੀ ਹੈ ਸੰਵਿਧਾਨਿਕ ਤੌਰ ਤੇ ਇੱਕ ਸ਼ਿਸ਼ਟਾਚਾਰ ਬਣਿਆ ਹੋਇਆ ਸੋ ਉਹ ਆਪਣੇ ਸਰਕਾਰ ਬਾਰੇ ਪੁੱਛ ਸਕਦੇ ਆ ਲੇਕਿਨ ਆਮ ਆਦਮੀ ਪਾਰਟੀ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਇਹ ਇਤਰਾਜ਼ ਹੈ ਉਹ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਕਿ ਮੈਂ ਜਵਾਬ ਦੇ ਪੰਜਾਬ ਦੇ 3 ਕਰੋੜ ਲੋਕਾਂ ਪ੍ਰਤੀ ਆ ਤੇ ਮੈਨੂੰ ਹੋਰ ਕੋਈ ਸਵਾਲ ਨਹੀਂ ਪੁੱਛ ਸਕਦਾ ਔਰ ਇਹ ਸਵਾਲ ਵਿਰੋਧੀ ਪਾਰਟੀਆਂ ਨੇ ਵੀ ਉਠਾਇਆ ਤੇ ਅੱਜ ਗਵਰਨਰ ਸਾਹਿਬ ਨੇ ਵੀ ਉਠਾਇਆ ਔਰ ਇੱਕ ਗੱਲ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਬਲਵਿੰਦਰ ਜੀ ਵੀ ਹਟਾਉਂਦਿਆਂ ਨੇ ਜੀ ਕਿ ਤੁਸੀਂ ਗਵਰਨਰ ਸਾਹਿਬ ਨੂੰ ਤੇ ਜਵਾਬ ਦਿੱਤਾ ਨਹੀਂ ਤੁਸੀਂ ਲੋਕਾਂ ਨੂੰ ਹੀ ਦੇ ਦਿੰਦੇ ਹਾਂਜੀ ਪਰ ਮੇਰੇ ਮਨ 'ਚ ਇੱਕ ਸਵਾਲ ਹੈ ਰਾਜਾ ਵੜਿੰਗ ਵੱਲੋਂ ਪਿੱਛੇ ਜੇ ਕਿਹਾ ਗਿਆ ਸੀਗਾ ਰਾਜਪਾਲ ਸਾਹਿਬ ਨੇ ਕਿਹਾ ਸੀ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਭ੍ਰਿਸ਼ਟਾਚਾਰ ਦੀ ਤਾਂ ਕਾਂਗਰਸੀ ਪ੍ਰਧਾਨ ਨੇ ਰਾਜਾ ਵੜਿੰਗ ਬੜੇ ਜੋਸ਼ੀਲੇ ਨੇ ਉਹਨਾਂ ਵੱਲੋਂ ਕਹੇ ਰਾਜਪਾਲ ਸਾਹਿਬ ਨਾਮਜਨਤਕ ਕਰੋ ਹਾਂ ਨਾਮ ਜਨਤਾ ਚੋਨੀ ਕਰਦੇ ਜੀ ਗੱਲ ਇਹ ਆ ਕਿ ਦੇਖੋ ਜਿਹੜੀ ਸ਼ਿਕਾਇਤ ਆ ਜਾਂਦੀ ਆ ਨਾ ਜਦੋਂ ਕਿਸੇ ਅਥਾਰਟिटीज ਦੇ ਕੋਲੇ ਜੀ ਉਹ ਉਹਦਾ ਇੱਕ ਪ੍ਰੋਸੈਸ ਹੁੰਦਾ ਕਿ ਉਹਦੇ ਪ੍ਰਤੀ ਜਾਣਕਾਰੀ ਲੈਣੀ ਕਿਹੜੇ ਡਿਪਾਰਟਮੈਂਟ ਕੋਲੇ ਉਹਦੀ ਸ਼ਿਕਾਇਤ ਆਈ ਆ ਉਸ ਡਿਪਾਰਟਮੈਂਟ ਤੋਂ ਕਮੈਂਟ ਲੈਣੇ ਤੇ ਫਿਰ ਜਿੰਨਾ ਚਿਰ ਉਹ ਸ਼ਿਕਾਇਤ ਕਰਤਾ ਇਹ ਕਵੇ ਨਾ ਕਿ ਤੁਸੀਂ ਮੇਰਾ ਨਾਮ ਜਨਤਕ ਕਰ ਦਿਓ ਉਨਾ ਚਿਰ ਕੀਤਾ ਨਹੀਂ ਜਾਂਦਾ ਉਹਦੇ ਪਿੱਛੇ ਕਈ ਕਾਰਨ ਹੁੰਦੇ ਆ ਜੇਕਰ ਪਬਲਿਕ ਇੰਟਰਸਟ ਦੇ ਵਿੱਚ ਹੋਵੇ ਤੇ ਜ਼ਰੂਰ ਉਹਦਾ ਨਾਮ ਜਨਤਕ ਹੋ ਜਾਂਦਾ ਹੈ ਇਸ ਸਥਿਤੀ ਦੇ ਵਿੱਚ ਵੀ ਹੋ ਸਕਦਾ ਹੈ ਜਦੋਂ ਇੱਕ ਜਾਂਚ ਹੋ ਜੇਗੀ ਜਾਂਚ ਤੋਂ ਬਾਅਦ ਕੀਤਾ ਜਾ ਸਕਦਾ ਉਸ ਤੋਂ ਪਹਿਲਾਂ ਨਹੀਂ ਕਈ ਵਾਰੀ ਬਲਵਿੰਦਰ ਜੀ ਕੀ ਹੁੰਦਾ ਕਿ ਚਿੱਠੀਆਂ ਅਨੋਨਿਮਸ ਹੁੰਦੀਆਂ ਨੇ ਗੁਮਨਾਮ ਹੁੰਦੀਆਂ ਨੇ ਜੀ ਉਂਝ ਹੀ ਲਿਖਿਆ ਹੋਊਗਾ ਕਿ ਫਲਾਣਾ ਸਿੰਘ ਫਲਾਣਾ ਪਿੰਡ ਫਲਾਣਾ ਕੁਮਾਰ ਫਲਾਣਾ ਮhalla ਫਲਾਣਾ ਸ਼ਹਿਰ ਉਹ ਜਦੋਂ ਕਈ ਵਾਰੀ ਉੱਥੇ ਜਾ ਕੇ ਦਰਿਆਫਤ ਕੀਤੀ ਜਾਂਦੀ ਹੈ ਤਾਂ ਉਹ ਬੰਦਾ ਹੀ ਨਹੀਂ ਹੁੰਦਾ ਉੱਥੇ ਜੀ ਸੋ ਇਸ ਕਰਕੇ ਨਾਮ ਜਿਹੜੇ ਆ ਉਹ ਪਬਲਿਕ ਕਰਨ ਤੋਂ ਪਹਿਲਾਂ ਉਹਦੀ ਜਾਂਚ ਕਰਵਾ ਲਈ ਜਾਂਦੀ ਔਰ ਇਹ ਗੱਲ ਸਾਰਿਆਂ ਨੇ ਇਹ ਗੱਲ ਕਹੀ ਸੀ ਸਾਰੀਆਂ ਪਾਰਟੀਆਂ ਨੇ ਕਿ ਇੱਕ ਸਵਾਲ ਜਿਹੜਾ ਉੱਠਦਾ ਕਿ ਭਗਵੰਤ ਮਾਨ ਜੀ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹ ਰਾਜਪਾਲ ਸਾਹਿਬ ਨੂੰ ਜਵਾਬ ਦੇਣ ਤੋਂ ਕਿਉਂ ਡਰਦੇ ਆ ਕਿਉਂ ਕਤਰਾਉਂਦੇ ਆ ਕੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਧਾਲ ਵਿੱਚ ਕਾਲਾ ਹੈ ਦੇਖੋ ਅਸੀਂ ਜਦੋਂ ਮਾਨ ਸਰਕਾਰ ਇਹ ਕਹਿੰਦੀ ਹੈ ਗੱਲ ਕਿ ਅਸੀਂ ਟਰਾਂਸਪੇਰੈਂਟ ਸਰਕਾਰ ਲੈ ਕੇ ਆਵਾਂਗੇ ਟਰਾਂਸਪੇਰੈਂਟ ਸਿਸਟਮ ਨੂੰ ਬਣਾਵਾਂਗੇ ਤੁਸੀਂ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਨਾਮ ਆਉਂਦੇ ਪਏ ਆ ਉਹਨਾਂ ਦੀ ਕੀ ਜਾਂਚ ਚੱਲਦੀ ਪਈ ਹੈ ਸੋ ਇਸ ਮਾਮਲੇ ਵਿੱਚ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਕੀ ਟਰਾਂਸਪੇਰੈਂਟ ਸਿਸਟਮ ਦੇ ਦੌਰਾਨ ਉਹ ਪ੍ਰਿੰਸੀਪਲ ਕਿਵੇਂ ਚੁਣੇ ਗਏ ਉਹਨਾਂ ਦੀ ਕੀ ਕੁਆਲਿਫੀਕੇਸ਼ਨ ਸੀ ਉਹਨਾਂ ਦਾ ਐਕਸਪੀਰੀਅੰਸ ਕੀ ਸੀ ਉਹਨਾਂ ਨੂੰ ਕਿਉਂ ਚੁਣਿਆ ਗਿਆ ਉਹਨਾਂ ਦੇ ਮੁਕਾਬਲੇ ਦੂਸਰਿਆਂ ਨੂੰ ਕਿਉਂ ਇਹ ਦੱਸਣ 'ਚ ਕੀ ਇਤਰਾਜ਼ ਹੈ ਕਿੰਨਾ ਖਰਚ ਹੋਇਆ ਇਹ ਲੋਕਾਂ ਦਾ ਪੈਸਾ ਹੈ ਲੋਕਾਂ ਦੀ ਸਰਕਾਰ ਹੈ ਔਰ ਗਵਰਨਰ ਸਾਹਿਬ ਨੇ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 167 ਦੇ ਅਨੁਸਾਰ ਰਾਸ਼ਟਰ ਗਵਰਨਰ ਸਾਹਿਬ ਨੇ ਜਿਹੜੇ ਰਾਜਪਾਲ ਸਾਹਿਬ ਕਿਸੇ ਵੀ ਸਟੇਟ ਦੇ ਉਹ ਮੁੱਖ ਮੰਤਰੀ ਕੋਲੋਂ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਸੰਵਿਧਾਨਕ ਮਾਮਲਿਆਂ ਨਾਲ ਰਿਲੇਟਡ ਜਵਾਬ ਲੈ ਸਕਦੇ ਆ ਕਿਉਂਕਿ ਗਵਰਨਰ ਦਾ ਇਹ ਰੋਲ ਹੁੰਦਾ ਜੀ ਕਿ ਉਹ ਰਾਜ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਚੱਲ ਰਿਹਾ ਜਾਂ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਜਿਹੜੇ ਹੋਰ ਕੰਮ ਹੋ ਰਹੇ ਨੇ ਉਹ ਕਿਤੇ ਕਾਨੂੰਨ ਤੋਂ ਬਾਹਰ ਜਾ ਕੇ ਤਾਂ ਨਹੀਂ ਹੋ ਰਹੇ ਇੱਕ ਇਹ ਸੰਵਿਧਾਨਕ ਹੱਕ ਹੈ ਉਹਨਾਂ ਦਾ ਉਹਨਾਂ ਦੀ ਡਿਊਟੀ ਹੈ ਔਰ ਜਦੋਂ ਉਹ ਸੌਂਚਕਾਉਂਦੇ ਆ ਤਾਂ ਉਹ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਕਿ ਰਾਜਪਾਲ ਦੀ ਖੁਸ਼ੀ ਹੈ ਉਹ ਖੁਸ਼ੀ ਦੇ ਮੁਤਾਬਕ ਹੈ ਔਰ ਰਾਜਪਾਲ ਦੀਆਂ ਜਿਹੜੀਆਂ ਦੋ ਡਿਊਟੀਆਂ ਉਹ ਇੱਕ ਤੇ ਸਰਕਾਰ ਨੂੰ ਬਣਾ ਕੇ ਰੱਖਣਾ ਜੀ ਬਣਾ ਕੇ ਰੱਖਣਾ ਕਿਉਂਕਿ ਸੰਵਿਧਾਨ ਦੇ ਮੁਤਾਬਕ ਅਗਰ ਰਾਸ਼ਟਰ ਰਾਜਪਾਲ ਚਾਹਣ ਤਾਂ ਸਰਕਾਰ ਨੂੰ ਤੋੜ ਸਕਦੇ ਉਹਦੇ ਕੁਝ ਕਾਰਨ ਨੇ ਇਹ ਨਹੀਂ ਕਿ ਸਦਾ ਹੀ ਉਹ ਕਹਿ ਸਕਦੇ ਆ ਰਾਸ਼ਟਰਪਤੀ ਨੂੰ ਕਿ ਸਰਕਾਰ ਠੀਕ ਨਹੀਂ ਚੱਲਦੀ ਪਈ ਤੇ ਇਹਨੂੰ ਜਿਹੜਾ ਅੰਕ ਕਰ ਦਿੱਤਾ ਜਾਵੇ ਉਹਦੇ ਲਈ ਕਾਰਨ ਹੈ ਔਰ ਇਸ ਚਿੱਠੀ ਦੇ ਵਿੱਚ ਰਾਜਪਾਲ ਸਾਹਿਬ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਬੜੀ ਮਹੱਤਵਪੂਰਨ ਹੈ ਉਹਦੇ ਵਿੱਚ ਇਹ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਨੂੰ 1 ਅਗਸਤ ਨੂੰ ਵੀ ਚਿੱਠੀ ਲਿਖੀ ਸੀ ਉਦੋਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਤੁਸੀਂ ਉਹਦਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਔਰ ਨਾਲ ਦੀ ਨਾਲ ਪਹਿਲੀ ਗੱਲ ਹੁਣ ਤੁਹਾਨੂੰ ਇਹ ਦੱਸਣਾ ਸੀ ਗਵਰਨਰ ਸਾਹਿਬ ਨੇ ਕਿਹਾ ਕਿ 167 ਧਾਰਾ ਦੇ ਅੰਡਰ ਤਾਂ ਜਿਹੜਾ ਉਹ ਉਹ ਜਵਾਬ ਲੈ ਸਕਦੇ ਆ ਔਰ ਜਵਾਬ ਦੇਣਾ ਜ਼ਰੂਰੀ ਆ ਕਿਉਂ ਜਿਵੇਂ ਇਸ ਸਾਲ ਫਰਵਰੀ ਦੇ ਵਿੱਚ ਬਜਟ ਤੋਂ ਪਹਿਲਾਂ ਬਜਟ ਦੀ ਪਰਮਿਸ਼ਨ ਨਹੀਂ ਸੀ ਦੇ ਰਹੇ ਰਾਜਪਾਲ ਸਾਹਿਬ ਜੀ ਤੇ ਭਗਵੰਤ ਮਾਨ ਸਰਕਾਰ ਫਿਰ ਕੋਰਟ ਚ ਗਏ ਸੀ ਔਰ ਕੋਰਟ ਨੇ ਸੁਪਰੀਮ ਕੋਰਟ ਨੇ ਫਿਰ ਕਿਆ ਸੀ ਪਰ ਉਦੋਂ ਪਹਿਲਾਂ ਪਹਿਲਾਂ ਪਰਮਿਸ਼ਨ ਮਿਲ ਗਈ ਸੀ ਕੋਰਟ ਨੇ ਕਿਆ ਸੀ ਕਿ ਦੋਨੋਂ ਤਰ੍ਹਾਂ ਜਿਹੜੀਆਂ ਰਲ ਕੇ ਚੱਲਣ ਔਰ ਜੋ ਜਵਾਬ ਮਸਵਾਲ ਦਾ ਜਵਾਬ ਮੰਗਦੇ ਹੈ ਗਵਰਨਰ ਸਾਹਿਬ ਉਹ ਜਿਹੜੇ ਮੁੱਖ ਮੰਤਰੀ ਆ ਜਾਂ ਸਰਕਾਰ ਉਹਨਾਂ ਨੂੰ ਦੇਣਾ ਜ਼ਰੂਰੀ ਹੈ ਹੁਣ ਉਹਨਾਂ ਨੇ ਪਹਿਲੀ ਗੱਲ ਕਹੀ ਕਿ ਮੈਂ ਤੁਹਾਨੂੰ ਚਿੱਠੀ ਲਿਖੀ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਜਿਹੜਾ ਕਿ ਧਾਰਾ 167 ਦੇ ਅਨੁਸਾਰ ਸੀਐਮ ਵੱਲੋਂ ਜਵਾਬ ਦੇਣਾ ਜ਼ਰੂਰੀ ਹੈ ਜੀ ਔਰ ਦੂਸਰੀ ਗੱਲ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਮਾਮਲਾ ਹੈ ਜਿਹੜਾ ਜੀ ਕਿ ਦੁਕਾਨਾਂ ਦੇ ਉੱਤੇ ਜਿਹੜੀਆਂ ਨੇ ਉਹ ਦਵਾਈਆਂ ਦੀਆਂ ਦੁਕਾਨਾਂ ਦੇ ਉੱਤੇ ਉਹ ਨਸ਼ੇ ਮਿਲਦੇ ਆ ਇੱਥੋਂ ਤੱਕ ਕਿ ਜਿਹੜੇ ਸਰਕਾਰੀ ਠੇਕੇ ਆ ਬਲਵਿੰਦਰ ਜੀ ਉਹਨਾਂ ਨੇ ਕਿਹਾ ਕਿ ਮੇਰੇ ਕੋਲੇ ਸ਼ਿਕਾਇਤਾਂ ਆਈਆਂ ਨੇ ਉਹਨਾਂ ਉੱਤੇ ਵੀ ਨਸ਼ੇ ਵਿਕ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਇੱਕ NCB ਜਿਹੜਾ ਸਾਡਾ ਨੈਸ਼ਨਲ ਬਿਊਰੋ ਆਫ ਨਾਰਕੋਟਿਕਸ ਵਾਲਾ ਹੈਗਾ ਨਾਰਕੋਟਿਕਸ ਕੰਟਰੋਲ ਬਿਊਰੋ ਉਹਦੀ ਰਿਪੋਰਟ ਹੈ ਕਿ ਹਰ ਪੰਜਵਾਂ ਵਿਅਕਤੀ ਨਸ਼ਾ ਕਰਦਾ ਹੈ ਬੜੀ ਵੱਡੀ ਗੱਲ ਹੈਗੀ ਹੈ ਹਾਂਜੀ ਦੂਸਰੀ ਗੱਲ ਔਰ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਇਹ ਲਾ ਐਂਡ ਆਰਡਰ ਦੇ ਅੰਡਰ ਆਉਂਦੀਆਂ ਹੈਗੀਆਂ ਨੇ ਔਰ ਇਹਦੇ ਮੁਤਾਬਕ ਜੇ ਕਹਿੰਦੇ ਮੈਂ ਕਾਰਵਾਈ ਕਰਨੀ ਚਾਹਾਂ ਕਿਉਂਕਿ ਇੱਕ ਤਾਂ ਤੁਸੀਂ ਜਵਾਬ ਨਹੀਂ ਦੇ ਰਹੇ ਇੱਕ ਨਸ਼ਿਆਂ ਦਾ ਕਾਰੋਬਾਰ ਵਧਦਾ ਪਿਆ ਹੈਗਾ ਠੀਕ ਹੈ ਜੀ ਤਾਂ ਮੈਂ ਕਹਿੰਦੇ ਕੇਂਦਰ ਨੂੰ ਰਾਸ਼ਟਰਪਤੀ ਨੂੰ ਚਿੱਠੀ ਲਿਖ ਸਕਦਾ ਕਿ ਪੰਜਾਬ ਸਰਕਾਰ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਹੀ ਸੋ ਕਹਿੰਦੇ ਮੇਰੇ ਕੋਲੇ ਕਈ ਕਾਰਨ ਨੇ ਇੱਕ ਸ਼ਬਦ ਵਰਤਿਆ ਉਹਨਾਂ ਨੇ ਜੀ ਮੈਨੀ ਰੀਜਨਸ ਕਈ ਕਾਰਨ ਨੇ ਤੁਹਾਡੀ ਸਰਕਾਰ ਨੂੰ 356 ਦੇ ਅੰਡਰ ਲਿਆਉਣ ਲਈ ਤੇ ਉਹ ਕਹਿੰਦੇ ਵੀ ਜੇ ਤੁਸੀਂ ਇਸ ਚਿੱਠੀ ਦਾ ਜਵਾਬ ਨਹੀਂ ਦਿੰਦੇ ਤਾਂ ਫਿਰ ਮੈਂ 356 ਤੇ ਕਾਰਵਾਈ ਕਰਨ ਲਈ ਰਾਸ਼ਟਰਪਤੀ ਨੂੰ ਕਹਿ ਸਕਦਾ ਇਹਦੇ ਵਿੱਚ ਇੱਕ ਉਹਨਾਂ ਨੇ ਇੱਕ ਹੋਰ ਜ਼ਿਕਰ ਕੀਤਾ ਕਿ ਜਦੋਂ ਸਰਕਾਰ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੀ ਹੁਣ ਉਹਦੇ ਵਿੱਚ ਪਹਿਲਾ ਤਾਂ ਇਹ ਹੈ ਕਿ 167 ਧਾਰਾ ਦੇ ਮੁਤਾਬਕ ਮੁੱਖ ਮੰਤਰੀ ਸਾਹਿਬ ਗਵਰਨਰ ਸਾਹਿਬ ਨੂੰ ਜਵਾਬ ਨਹੀਂ ਦੇ ਰਹੇ ਜੀ ਠੀਕ ਹੈ ਨੰਬਰ 2 ਕਹਿੰਦੇ ਮੈਂ ਧਾਰਾ 124 ਆਈਪੀਸੀ ਇੰਡੀਅਨ ਪਿਨਲ ਕੋਡ ਦੇ ਮੁਤਾਬਕ ਤੁਹਾਡੇ ਖਿਲਾਫ ਐਕਸ਼ਨ ਲੈ ਸਕਦਾ ਉਹ ਕੀ ਹੈ ਇੰਡੀਅਨ ਪਿਨਲ ਕੋਡ ਦੀ ਧਾਰਾ 124 ਕੀ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਜਦੋਂ ਕਿਸੇ ਸਟੇਟ ਦੇ ਰਾਜਪਾਲ ਨੂੰ ਕੋਈ ਵਿਅਕਤੀ ਹੁਣ ਉਹਦੇ ਵਿੱਚ ਕੋਈ ਵੀ ਹੋ ਸਕਦਾ ਉਹਦੇ ਵਿੱਚ ਮੁੱਖ ਮੰਤਰੀ ਵੀ ਹੋ ਸਕਦਾ ਕੋਈ ਅਫਸਰ ਵੀ ਹੋ ਸਕਦਾ ਕੋਈ ਹੋਰ ਵਿਅਕਤੀ ਹੋਵੇ ਕੰਮ ਕਰਨ ਤੋਂ ਉਹ ਉਕਲਾ ਰਾਜਪਾਲ ਨੇ ਉਹਦੇ ਵਿੱਚ ਰਾਸ਼ਟਰਪਤੀ ਵੀ ਆਦੇਸ਼ ਦੇ ਜਾਂ ਇਹਨਾਂ ਦੇ ਨਾਲ ਰਿਲੇਟਡ ਹੋਰ ਪੋਸਟਾਂ ਨੇ ਜਿਹਦੇ ਵਿੱਚ ਚੀਫ ਜਸਟਿਸ ਵੀ ਆ ਜਾਂਦੇ ਆ ਕੁਝ ਸੰਵਿਧਾਨਕ ਅਹੁਦੇ ਆ ਜਦੋਂ ਇਹਨਾਂ ਨੂੰ ਕੋਈ ਸੰਵਿਧਾਨਕ ਤੌਰ ਤੇ ਕੰਮ ਕਰਨ ਤੇ ਰੋਕਦਾ ਤਾਂ ਉਹਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੋ ਸਕਦਾ ਔਰ ਉਸ ਕੇਸ ਦੇ ਅਨੁਸਾਰ 7 ਸਾਲਾਂ ਦੀ ਕੈਦ ਵੀ ਹੋ ਸਕਦੀ ਜੀ ਸੋ ਇਹ ਉਹਨਾਂ ਨੇ ਜ਼ਿਕਰ ਕੀਤਾ ਕਿ ਸਥਿਤੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਬਲਵਿੰਦਰ ਜੀ ਉਹ ਕਹਿ ਰਹੇ ਨੇ ਕਿ ਇਹ ਅੰਡਰ 356 ਦੇ ਆ ਰਹੀਆਂ ਨੇ ਤੁਸੀਂ ਮੈਨੂੰ ਜਵਾਬ ਦਿਓ ਦੂਸਰੀ ਗੱਲ ਇੱਕ ਹੋਰ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਜਿੰਨੇ ਮੈਂ ਖਤ ਲਿਖਦਾ ਤੁਸੀਂ ਉਹਦੇ ਤੇ ਟਿੱਪਣੀਆਂ ਕਰ ਦਿਓ ਔਰ ਆਰਟੀਕਲ 19 1 ए ਸੰਵਿਧਾਨ ਦੀ ਧਾਰਾ 19 1 ए ਕਹਿੰਦੀ ਹੈ ਕਿ ਬਲਵਿੰਦਰ ਜੀ ਨੂੰ ਬੋਲਣ ਦਾ ਅਧਿਕਾਰ ਹੈ ਭਾਵੇਂ ਸਾਨੂੰ ਸਾਰਿਆਂ ਨੂੰ ਆਪਣੀ ਓਪੀਨੀਅਨ ਆਪਣਾ ਗੁੱਸਾ ਜ਼ਾਹਰ ਕਰਨ ਦਾ ਅਧਿਕਾਰ ਹੈ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਪਰ ਉਹਦੇ ਨਾਲ ਇਹ ਧਾਰਾ ਜਿਹੜੀ 191 ਨੇ ਆ ਇਹਦੇ ਨਾਲ ਕੁਝ ਹੋਰ ਧਾਰਾ ਸਬਜੈਕਟ ਟੂ ਉਹ ਹੋਰ ਧਾਰਾਵਾਂ ਨੇ ਭਾਵੇਂ ਤੁਸੀਂ ਕਿਸੇ ਦੇ ਧਰਮ ਦੇ ਉੱਤੇ ਕਿਸੇ ਦੇ ਨਿੱਜੀ ਮਾਮਲੇ ਦੇ ਉੱਤੇ ਕਿਸੇ ਦੀ ਜਾਤ ਬੋਲੀ ਇਲਾਕਾ ਪਰਿਵਾਰਕ ਤੌਰ ਤੇ ਨਿੱਜੀ ਹਮਲਾ ਨਹੀਂ ਕਰ ਸਕਦੇ ਔਰ ਉਹਨਾਂ ਨੇ ਰਾਜਪਾਲ ਸਾਹਿਬ ਨੇ ਤੇ ਬੜਾ ਵਧੀਆ ਜਿਹੜੇ ਆ ਉਹ ਲਿਖ ਕੇ ਦਿੱਤਾ ਇਹਦੇ ਵਿੱਚ ਕਹਿੰਦੇ ਤੁਸੀਂ ਬਜਟ ਸੈਸ਼ਨ ਦੇ ਦੌਰਾਨ ਇਹ ਕਿੱਡੀ ਵੱਡੀ ਫਾਈਲ ਲਿਜਾ ਕੇ ਕਹਿੰਦੇ ਸੀ ਕਿ ਰਾਜਪਾਲ ਨੇ ਮੈਨੂੰ ਲਵ ਲੈਟਰ ਲਿਖਿਆ ਜੀ ਠੀਕ ਹੈ ਜੀ ਫਿਰ ਕਹਿੰਦੇ ਤੁਸੀਂ ਉਹ ਭਾਸ਼ਾ ਵਰਤਦੇ ਹੋ ਜਿਹੜੀ ਤੂੰ ਤੂੰ ਵਾਲੀ ਭਾਸ਼ਾ ਹੁੰਦੀ ਹੈ ਸੋ ਇਹ ਸਾਰੀ ਉਹ ਕਹਿੰਦੇ 124 ਦੇ ਅੰਡਰ ਆਉਂਦੀ ਹੈ ਕਿਉਂਕਿ ਤੁਸੀਂ ਮੈਨੂੰ ਕੰਮ ਕਰਨ ਤੋਂ ਰੋਕਦੇ ਹੋ ਸੋ ਇਹ ਸਥਿਤੀ ਜਿਹੜੀ ਹੈ ਬੁਲਿੰਦਰ ਜੀ ਇਹ ਆਪਣੇ ਆਪ ਦੇ ਵਿੱਚ ਇੰਨੀ ਸਧਾਰਨ ਨਹੀਂ ਹੈਗੀ ਜਿਹੜੀ ਚਿੱਠੀ ਉਹਨਾਂ ਨੇ ਅੱਜ ਲਿਖੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰਾ ਇਹ ਆਖਰੀ ਚਿੱਠੀ ਹੈ ਇਸ ਤੋਂ ਬਾਅਦ ਫਿਰ ਉਹ ਕਾਰਵਾਈ ਕਰਨਗੇ ਹੁਣ ਹਾਲੇ ਤੱਕ ਜਦੋਂ ਤੱਕ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਸੀ ਸਰਕਾਰ ਦਾ ਜਿਹੜਾ ਉਹ ਕੋਈ ਜਵਾਬ ਨਹੀਂ ਆਇਆ ਹੁਣ ਉਹ ਇਹ ਦੇਖਣਾ ਕਿ ਭਗਵੰਤ ਮਾਨ ਹੋਣੀ ਇਹ ਜਵਾਬ ਟਵੀਟਸ 'ਚ ਦਿੰਦੇ ਆ ਕਿ ਜਵਾਬ 'ਚ ਜਿਹੜਾ ਚਿੱਠੀ ਲਿਖ ਕੇ ਭੇਜਦੇ ਆ ਇਹ ਬੜੀ ਗੱਲ ਹੈ ਪਰ ਇਸ ਵਕਤ ਇੱਥੇ ਇਹ ਸਥਿਤੀ ਹੈ ਕਿ ਇਸ ਕਨਫਰੋન્ટેਸ਼ਨ ਦੇ ਵਿੱਚੋਂ ਸਰਕਾਰ ਨੂੰ ਤੇ ਗਵਰਨਰ ਸਾਹਿਬ ਦੇ ਵਿੱਚ ਕੋਈ ਨਾ ਕੋਈ ਖਤਮ ਹੋਣੀ ਚਾਹੀਦੀ ਹੈ ਇਹ ਸਟੇਟ ਵਾਸਤੇ ਬਿਲਕੁਲ ਠੀਕ ਨਹੀਂ ਹੈਗੀ ਲੋਕਾਂ ਚ ਹਾਸੋ ਹੀਣੀ ਸਥਿਤੀ ਬਣਦੀ ਪਈ ਹੈ ਸਰਕਾਰ ਦੀ ਔਰ ਇਹ ਸਰਕਾਰ ਦੇ ਉੱਤੇ ਗੱਲ ਭਾਰੂ ਪੈਂਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ ਕੀ ਕਾਰਨ ਹੈ ਕਿ ਗਵਰਨਰ ਸਾਹਿਬ ਵੱਲੋਂ ਮੰਗੇ ਸਵਾਲਾਂ ਦੇ ਜਵਾਬ ਸਰਕਾਰ ਕਿਉਂ ਨਹੀਂ ਦੇ ਰਹੀ ਇਹਦੇ ਉੱਤੇ ਜਿੰਨੀਆਂ ਮਰਜ਼ੀ ਗੱਲਾਂ ਉਹ ਕਰ ਲੈਣ ਪਾਰਟੀ ਪਰ ਕੋਈ ਲੌਜਿਕ ਨਹੀਂ ਬਣਦਾ ਕਿ ਰਾਜਪਾਲ ਸਾਹਿਬ ਅਗਰ ਕੋਈ ਜਵਾਬ ਮੰਗਦੇ ਆ ਤੇ ਉਹਦਾ ਜਵਾਬ ਮੁੱਖ ਮੰਤਰੀ ਕਿਉਂ ਨਹੀਂ ਦਿੰਦੇ ਜੀ ਵਿਰੋਧੀ ਪਾਰਟੀ ਤਾਂ ਆਪਾਂ ਮੰਨ ਸਕਦੇ ਨੇ ਸੈਸ਼ਨ ਦੇ ਵਿੱਚ ਮਾਨ ਸਾਹਿਬ ਵਿਰੋਧੀ ਪਾਰਟੀਆਂ ਨੂੰ ਕਹਿੰਦੇ ਮੈਂ ਤੁਹਾਡੇ ਜਵਾਬ ਦੇਣੀਆਂ ਸੁਖਪਾਲ ਖਹਿਰਾ ਵੀ ਇਹ ਕਰਦੇ ਪਰ ਰਾਜਪਾਲ ਇੱਕ ਜ਼ਿੰਮੇਵਾਰ ਨਹੀਂ ਜੀ ਰਾਜਪਾਲ ਇੱਕ ਉਹ ਅਹੁਦਾ ਹੈ ਜਿਹੜਾ ਸੰਵਿਧਾਨਿਕ ਤੌਰ ਤੇ ਉਹ ਸਾਡੇ ਲੋਕਾਂ ਦੀ ਪ੍ਰਤੀਨਿਧਤਾ ਹੁਣ ਤੁਸੀਂ ਦੇਖੋ ਇਹ ਗੱਲ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਕਿ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਹੈਗਾ ਮੈਂ ਤਾਂ 303 ਕਰੋੜ ਪੰਜਾਬੀਆਂ ਨੂੰ ਜਵਾਬ ਦਿਆ ਫਿਰ ਅਖਬਾਰ ਦੇ ਵਿੱਚ ਛਪਾ ਦਿੰਦੇ ਕਿ ਜੀ ਆਹ ਪ੍ਰੋਸੀਜਰ ਹੈ ਜਿਹੜਾ ਕੁਝ ਉਹਨਾਂ ਨੇ ਮੰਗਿਆ ਹੈਗਾ ਫਿਰ ਉਹਨਾਂ ਨੇ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਬਾਰੇ ਮੰਗਿਆ ਸੀਗਾ ਵੀ ਇਹ ਤੁਸੀਂ ਜਿਹੜਾ ਕੀਤਾ ਹੈ ਇਹ ਗਲਤ ਕੀਤਾ ਆ ਉਹਨਾਂ ਨੇ ਵਾਈਸ ਚਾਂਸਲ ਪੀ ਜੀ ਯੂ ਦੇ ਵਾਈਸ ਚਾਂਸਲਰ ਨੂੰ ਕਿਹਾ ਸੀ ਕਿ ਇਹਨੂੰ ਅਹੁਦੇ ਤੋਂ ਲਾਓ ਕਿਉਂ ਨਹੀਂ ਲਾਇਆ ਹੁਣ ਤੱਕ ਠੀਕ ਹੈ ਜੀ ਇਸੇ ਤਰ੍ਹਾਂ ਹੀ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੋਇਆ ਸੀਗਾ ਹੋਰ ਵੀ ਕਈ ਮਸਲੇ ਹੋਇਆ ਹੁਣ ਗੱਲ ਇਹ ਆ ਕਿ ਜਦੋਂ ਬਲਵਿੰਦਰ ਜੀ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਮੰਨ ਲਓ ਜ਼ਿਲ੍ਹੇ ਦੇ ਵਿੱਚ ਅਸੀਂ ਬੈਠੇ ਆ ਮੇਰੀ ਸੁਣਵਾਈ ਐਸਐਸਪੀ ਨਹੀਂ ਕਰਦਾ ਡੀਸੀ ਨਹੀਂ ਹੁੰਦ ਕਰਦਾ ਅਸੀਂ ਸ਼ਿਕਾਇਤ ਕਿਹਦੇ ਕੋਲੇ ਕਰਦੇ ਆ ਕਮਿਸ਼ਨਰ ਕੋਲੇ ਡੀਸੀ ਤੋਂ ਬਾਅਦ ਕਮਿਸ਼ਨਰ ਕੋਲੇ ਜਾਂ ਐਸਐਸਪੀ ਤੋਂ ਬਾਅਦ ਫਿਰ ਉਹਨਾਂ ਦੇ ਕਮਿਸ਼ਨਰ ਰੇਟ ਦੇ ਵਿੱਚ ਅਗਰ ਕਮਿਸ਼ਨਰ ਕਮਿਸ਼ਨਰ ਵੀ ਸਾਡੀ ਸੁਣਵਾਈ ਨਹੀਂ ਕਰਦਾ ਜਾਂ ਉੱਥੇ ਸਾਨੂੰ ਤਸੱਲੀ ਨਹੀਂ ਹੁੰਦੀ ਅਸੀਂ ਫਿਰ ਫਾਈਨੈਂਸ਼ੀਅਲ ਕਮਿਸ਼ਨਰ ਕੋਲੇ ਜਾਂਦੇ ਹਾਂ ਫਾਈਨੈਂਸ਼ੀਅਲ ਕਮਿਸ਼ਨਰ ਤੋਂ ਬਾਅਦ ਅਸੀਂ ਸੈਕਟਰੀ ਕੋਲੇ ਜਾ ਸਕਦੇ ਹਾਂ ਇਸੇ ਤਰ੍ਹਾਂ ਹੀ ਅਗਰ ਪੰਜਾਬ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਕਰਦੀ ਸਰਕਾਰ ਮੰਨ ਲਓ ਇਨਸਾਫ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਕੋਈ ਵਿਅਕਤੀ ਮਹਿਸੂਸ ਉਹ ਸ਼ਿਕਾਇਤ ਕਿਉਂ ਕਰੂਗਾ ਮੁੱਖ ਮੰਤਰੀ ਤੋਂ ਬਾਅਦ ਕਿਹਨੂੰ ਸ਼ਿਕਾਇਤ ਕਰੂਗਾ ਉਹ ਕਰੂਗਾ ਰਾਜਪਾਲ ਨੂੰ ਸੋ ਇਹਦਾ ਮਤਲਬ ਰਾਜਪਾਲ ਇੱਕ ਉਹ ਅਹੁਦਾ ਹੈ ਜਿਹੜਾ ਕਿ ਇਹਨਾਂ ਦੇ ਉੱਪਰ ਹੈ ਹਾਂ ਇਹ ਗੱਲ ਵਕਰੀ ਹੈ ਕਿ ਰਾਜ ਦੇ ਵਿਕਾਸ ਵਾਸਤੇ ਰਾਜ ਦੇ ਕੰਮਾਂ ਵਾਸਤੇ ਰਾਜਨੀਤਿਕ ਕੰਮਾਂ ਵਾਸਤੇ ਰਾਜਪਾਲ ਸਾਹਿਬ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਪਰ ਜੇਕਰ ਕਿਸੇ ਇੱਕ ਨਾਗਰਿਕ ਦੇ ਨਾਲ ਕੋਈ ਜ਼ਿਆਇਤੀ ਹੋਊਗੀ ਤਾਂ ਉਹਦੀ ਸੁਣਵਾਈ ਅਗਰ ਮੁੱਖ ਮੰਤਰੀ ਤੱਕ ਵੀ ਨਹੀਂ ਹੁੰਦੀ ਤਾਂ ਉਹ ਸ਼ਿਕਾਇਤ ਫਿਰ ਰਾਜਪਾਲ ਨੂੰ ਕਰੂਗਾ ਸਿੱਧਾ ਮੁੱਖ ਮੰਤਰੀ ਨੂੰ ਨਹੀਂ ਕਰੇਗਾ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਕਨਫਰੋન્ટેਸ਼ਨ ਦੇ ਵਿੱਚੋਂ ਨਿਕਲਣ ਜੀ ਤੇ ਮਾਹੌਲ ਜਿਹੜਾ ਉਹ ਕਿਉਂਕਿ মিডিਏ ਦੀ ਇਹ ਸਾਰਾ ਕੁਝ মিডিਏ ਚ ਚੱਲੀ ਜਾਣਾ ਕਈ ਦਿਨ ਤੇ মিডিਆ ਨੂੰ ਬੜੀ ਵਧੀਆ ਗੱਲ ਹੁੰਦੀ ਹੈ ਕਰਨ ਵਾਸਤੇ ਕਿ ਇਹਦੇ ਨਾਲ ਜਿਹੜੇ ਵਿਊਜ਼ ਵਧਦੇ ਨੇ ਲੋਕੀਂ ਵੇਖਦੇ ਆ ਤੁਹਾਡੀ ਟੀਆਰਪੀ ਵਧਦੀ ਹੈ ਐਂ ਤੁਹਾਨੂੰ ਜ਼ਿਆਦਾ ਮਿਲਦੀ ਹੈ ਸਾਨੂੰ ਹੋਰ ਬੜੇ ਕੰਮ ਕਰਨ ਨਾਲ ਪੰਜਾਬ ਇਸ ਵਕਤ ਬੜੀਆਂ ਵੱਡੀਆਂ ਸਮੱਸਿਆਵਾਂ 'ਚ ਫਸਿਆ ਹੋਇਆ ਹੈ ਅਸੀਂ ਫਲਾਡਸ ਦੇ ਵਿੱਚ ਫਸੇ ਹੋਏ ਆ ਅਸੀਂ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਸਾਡੇ ਬੱਚੇ ਬਾਹਰ ਜਾ ਰਹੇ ਨੇ ਔਰ ਰੀਸੈਂਟਲੀ ਖਬਰੇ ਆਈਆ ਕਿ ਬਾਹਰ ਜਾ ਕੇ ਬਹੁਤ ਸਾਰੇ ਬੱਚਿਆਂ ਨੌਜਵਾਨਾਂ ਦੇ ਹਾਰਟ ਅਟੈਕ ਹੋ ਰਹੇ ਨੇ ਔਰ ਉਹਦੇ ਵਿੱਚੋਂ ਨਿਕਲ ਕੇ ਗੱਲ ਇਹ ਆਈ ਕਿ ਬੱਚਿਆਂ ਦੇ ਹਾਰਟ ਅਟੈਕ ਨਹੀਂ ਹੋ ਰਹੇ ਬਾਹਰ ਜਾ ਕੇ ਬੱਚੇ ਨਸ਼ੇ ਲੈ ਰਹੇ ਨੇ ਔਰ ਬਹੁਤੇ ਜਿਹੜੇ ਕਹੇ ਜਾਂਦੇ ਆ ਕਿ ਹਾਰਟ ਅਟੈਕ ਹੋ ਗਿਆ ਬਾਹਰ ਜਾ ਕੇ ਉਹ ਓਵਰਡੋਜ਼ ਕਰਕੇ ਜਿਹੜੇ ਮਰਦੇ ਪਏ ਆ ਸਾਡੇ ਕੋਲੇ ਬੜੀ ਸਮੱਸਿਆ ਖੜੀ ਹੋ ਗਈ ਹੋਈ ਆ ਇਨਾਂ ਵੱਲ ਆਉਣ ਦੀ ਲੋੜ ਹੈਗੀ ਆ ਬਜਾਏ ਇਸ ਤੇ ਕਿ ਇਨਾਂ ਇਸ਼ੂ ਦੇ ਉੱਤੇ ਸਾਨੂੰ ਸਮਾਂ ਬਰਬਾਦ ਕਰਨ ਦੀ ਜਿਹੜੀ ਹੈ ਜੀ ਸੋ ਦੇਖਦੇ ਆ ਕਿ ਹੁਣ ਸਰਕਾਰ ਕਿੰਜ ਕਿੰਜ ਜਵਾਬ ਦਿੰਦੀ ਹੈ ਕੇਜਰੀਵਾਲ ਸਾਹਿਬ ਕਿੰਜ ਜਵਾਬ ਦਿੰਦੇ ਆ ਪਰ ਇੱਕ ਗੱਲ ਪੱਕੀ ਹੈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਾਲਾ ਸਟੈਂਡ ਰੱਖਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਪੰਚਾਇਤ ਦੀਆਂ ਚੋਣਾਂ ਵੀ ਨਾ ਕਰਵਾ ਸਕੇ ਉਦੋਂ ਪਹਿਲਾਂ ਹੀ ਸਰਕਾਰ ਰਾਸ਼ਟਰਪਤੀ ਰਾਜ ਲੱਗ ਜਾਵੇ ਜਿਸ ਹਾਵ ਨਾਲ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਹੈ ਚਿਤਾਵਨੀ ਦੇ ਦਿੱਤੀ ਹੈ ਆਖਰੀ ਚਿੱਠੀ ਹੈ ਔਰ ਇਸ ਤੋਂ ਬਾਅਦ ਕਹਿੰਦੇ ਆ ਉਹ ਕਿ ਮੈਂ 356 ਦੇ ਅੰਡਰ ਕਾਰਵਾਈ ਕਰ ਸਕਦਾ ਹਾਂ ਜੀ ਸੋ ਅਗਲੀ ਖਬਰ ਬੜੀ ਹੈ ਮਾਂ ਬਾਂਜ ਦੇ ਨਸ਼ਿਆਂ ਨੂੰ ਲੈ ਕੇ ਜੀ ਜੀ ਚੱਲਦੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਖੜੀ ਹੋਈ ਹੈ ਨਸ਼ਿਆਂ ਨੂੰ ਲੈ ਕੇ ਤੇ ਹੁਣ ਕਾਂਗਰਸ ਪਾਰਟੀ ਵੱਲੋਂ ਅਜੋ ਬੋਹਰ ਦੇ ਵਿੱਚ ਇੱਕ ਰੈਲੀ ਕੀਤੀ ਗਈ ਹੈ ਜਿੱਥੇ ਇੱਕ ਪਾਰੀ ਇਕੱਠਾ ਕੀਤਾ ਗਿਆ ਹੈ ਰਾਜਾਵੜਿੰਗ ਪ੍ਰਧਾਨ ਨੇ ਜੀ ਕਾਂਗਰਸ ਦੇ ਉਹਨਾਂ ਵੱਲ ਸੰਬੋਧਨ ਕੀਤਾ ਗਿਆ ਸੀ ਪਾਰਟੀ ਨੂੰ ਜਿੱਥੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕੈਪਟਨ ਮਦਰਸ਼ਿੰਗ ਤੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕੈਪਟਨ ਮਦਰਸ਼ਿੰਗ ਨੇ ਸ਼੍ਰੀ ਗੁਫਟਾ ਗੁਟਕਾ ਸਾਹਿਬ ਦੀ ਹੱਥ ਸੌਂ ਫੜ ਕੇ ਖਾਦੀ ਸੀ ਜਿਹਦੇ ਚਲਦੇ ਅੱਜ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਜ਼ਿਆਦਾ ਨਕਾਰ ਦਿੱਤਾ ਜਿਹਨੂੰ ਲੋਕੀ ਦੇਖਣ ਵਾਸਤੇ ਖੜੇ ਹੁੰਦੇ ਸੀ ਅੱਜ ਉਹਨਾਂ ਨੂੰ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ ਪੰਜਾਬ ਕਾਂਗਰਸ ਵਿੱਚੋਂ ਨਿਕਲ ਕੇ ਜਿਹੜੀ ਐ ਉਹ ਪਾਰਟੀ ਬਣਾਈ ਗਈ ਸੀ ਅਮਰਿੰਦਰ ਸਿੰਘ ਬਣਾ ਵੱਲੋਂ ਉਸ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਜ਼ਮਾਨਤਾ ਜਿਹੜੀਆਂ ਨੇ ਜਬਤ ਹੋਈਆਂ ਹਾਂਜੀ ਸੋ ਇਸ ਕਰਕੇ ਜਦੋਂ ਲੋਕਾਂ ਦੇ ਮਨਾਂ ਤੋਂ ਲੀਡਰ ਲੱਤ ਜਾਂਦੇ ਆ ਫਿਰ ਇਸ ਢੰਗ ਨਾਲ ਹੀ ਹੁੰਦਾ ਸੋ ਅੱਜ ਜਿਹੜੀ ਰੈਲੀ ਬੋਰ ਦੇ ਵਿੱਚ ਉਹਨਾਂ ਨੇ ਕੀਤੀ ਹੈ ਉਹਦਾ ਸੰਬੰਧ ਅਸੀਂ ਜੋੜਦੇ ਹਾਂ ਰਾਜਪਾਲ ਸਾਹਿਬ ਦੀ ਚਿੱਠੀ ਨਾਲ ਵੀ ਕਿਉਂਕਿ ਉਸ ਚਿੱਠੀ ਦੇ ਵਿੱਚ ਵੀ ਰਾਜਪਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਪੰਜਾਬ 'ਚ ਨਸ਼ੇ ਵਧਦੇ ਪਏ ਆ ਉਹਨਾਂ ਕੋਲੇ ਸ਼ਿਕਾਇਤਾਂ ਆ ਰਹੀਆਂ ਨੇ ਔਰ ਪੰਜਾਬ ਉਹਦੇ ਲੁਧਿਆਣੇ ਦੇ ਤੇ ਕੁਝ ਠੇਕੇ ਸੀਗੇ ਜਿਨ੍ਹਾਂ ਨੂੰ ਸੀਲ ਕੀਤਾ ਗਿਆ ਇਸ ਕਰਕੇ ਕਿ ਉੱਥੇ ਨਸ਼ੇ ਵੀ ਵਿਕਦੇ ਸੀਗੇ ਨਾਲ ਸੋ ਇਹ ਬੜੀ ਵੱਡੀ ਸਾਡੇ ਲਈ ਸਮੱਸਿਆ ਖੜੀ ਹੋ ਚੁੱਕੀ ਹੋਈ ਹੈ ਨਸ਼ਿਆਂ ਦੀ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਬੜੀ ਵਾਇਰਲ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਅਵੇਲੇਬਲ ਹੈਗੀ ਆ ਨਾਲ ਹੀ ਭਗਵੰਤ ਮਾਨ ਹੁਣਾਂ ਦੀ ਵੀ ਉਹਦੇ ਵਿੱਚ ਭਗਵੰਤ ਮਾਨ ਹੁਣਾਂ ਦੀ ਬਿਲਕੁਲ ਲੇਟੈਸਟ ਆਈ ਆ ਜਿਹੜੀ ਉਹਨਾਂ ਨੇ 15 ਅਗਸਤ ਦੇ ਉੱਤੇ ਸਟੇਟ ਲੈਵਲ ਦੇ ਫੰਕਸ਼ਨ ਤੇ ਪਟਿਆਲੇ ਵਿੱਚ ਭਾਸ਼ਣ ਦਿੱਤਾ ਸੀ ਕਿ ਮੈਂ ਅਗਲੀ 15 ਅਗਸਤ ਤੱਕ ਪੰਜਾਬ ਦੇ ਵਿੱਚ ਨਸ਼ਿਆਂ ਤੇ ਥੱਲ ਪਾ ਦਿਆ ਉਹਨੂੰ ਨੱਥ ਪਾ ਲਾਂਗਾ ਖਤਮ ਕਰ ਦਿਆਂਗੇ ਉਹ ਕਹਿੰਦੇ ਸੀ ਅਗਲੀ 15 ਅਗਸਤ ਤੇ 26 ਜਨਵਰੀ ਉਹ ਗੱਲਾਂ ਦੋਨੋਂ ਹੀ ਕਹਿ ਗਏ ਨੇ ਐਸੇ 26 ਜਨਵਰੀ ਪਹਿਲਾਂ ਆਉਣੀ ਆ 15 ਅਗਸਤ ਬਾਅਦ ਆਉਣੀ ਆ ਹੁਣ 4 ਮਹੀਨਿਆਂ ਚ ਠੱਲ ਪਾਉਣਗੇ ਕਿ ਸਾਲ ਚ ਪਾਉਣਗੇ ਇਹ ਤਾਂ ਹੁਣ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਪਰ ਜੋ ਕੇਜਰੀਵਾਲ ਹੋਣਾ ਦੀ ਇੱਕ ਵੀਡੀਓ ਵਾਇਰਲ ਬੜੀ ਹੁੰਦੀ ਆ ਉਹ ਲੁਧਿਆਣੇ ਵਿੱਚ ਬੋਲਦਿਆਂ ਉਹਨਾਂ ਨੇ ਗੱਲ ਕਹੀ ਸੀ ਇੱਕ ਸ਼ਾਇਦ ਜਿੱਥੇ ਟਰੇਡਰਸ ਦੇ ਨਾਲ ਕੀਤੀ ਸੀ ਕਹਿੰਦੇ ਮੈਂ ਇੱਕ ਗਰੰਟੀ ਹੋਰ ਦਿੰਨਾ ਤੁਹਾਨੂੰ ਅੱਜ ਉਹ ਗਰੰਟੀ ਕੀ ਸੀ ਕਹਿੰਦੇ ਮੈਂ ਆਉਣ ਸਰਕਾਰ ਆਉਣ ਦੇ 4 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦੇਗਾ ਸੋ 16 ਮਾਰਚ 2022 ਨੂੰ ਸਰਕਾਰ ਆ ਗਈ ਸੀ ਉਸ ਤੋਂ ਬਾਅਦ ਜੇਕਰ ਉਹ ਵੀਡੀਓ ਜੇਕਰ ਲੀਡਰਾਂ ਦੀ ਗੱਲ ਮੰਨ ਲਈ ਜਾਵੇ ਸੱਚ ਤੇ ਫਿਰ ਦੇਖੋ ਜੀ April, May, June ਤੇ July 16 ਜੁਲਾਈ 2022 ਤੱਕ ਨਸ਼ੇ ਖਤਮ ਹੋ ਜਾਣੇ ਚਾਹੀਦੇ ਸੀਗੇ ਪਰ ਕਮਾਲ ਦੀ ਗੱਲ ਹੈ 1.5 ਸਾਲ ਬਾਅਦ ਭਗਵੰਤ ਮਾਨ ਹਣੀ ਪਟਿਆਲੇ ਵਾਅਦਾ ਕਰਦੇ ਆ ਕਿ ਅਗਲੇ 15 ਅਗਲੀ 15 ਤੱਕ 15 ਅਗਸਤ ਤੱਕ ਨਸ਼ਿਆਂ ਤੇ ਠੱਲ ਪਾਈ ਜਾਵੇਗੀ ਤੇ ਜਿਹੜੇ ਹਿਸਾਬ ਨਾਲ ਚਿੱਠੀ ਆਈ ਹੈ ਜੀ ਕੀ ਪੰਜਾਬ ਸਰਕਾਰ ਅਗਲੇ 15 ਅਗਸਤ ਨੂੰ ਝੰਡਾ ਚੁਲਾ ਵੀ ਪਾਏਗੀ ਕਿ ਨਹੀਂ ਜਿਸ ਹਿਸਾਬ ਨਾਲ ਚਿੱਠੀ ਆਈ ਹੈ ਹਾਂਜੀ ਕੁਝ ਸਮੇਂ 'ਚ ਕਲੀਅਰ ਹੋ ਜਾਊਗਾ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਕਾਨਫਰੰਸ ਕਰਨਗੇ ਜਾਂ ਉਹਨਾਂ ਦੇ ਬੁਲਾਰੇ ਪ੍ਰੈਸ ਕਾਨਫਰੰਸ ਕਰਨਗੇ ਜੀ ਇਸ ਚਿੱਠੀ 'ਤੇ ਚਰਚਾ ਕਰਕੇ ਲੱਗਦਾ ਵੀ ਕੁਝ ਨਾ ਕੁਝ ਜਿਵੇਂ ਜਿਵੇਂ ਮਤਲਬ ਭਗਵੰਤ ਮਾਨ ਉਹਨਾਂ ਨੇ ਪੱਕਾ ਕਰ ਦਿੱਤਾ ਕਿ ਮੈਂ 15 ਅਗਸਤ ਨੂੰ ਝੰਡਾ ਚੁਲਾਉਂਗਾ ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ 15 ਅਗਸਤ ਨੂੰ ਇਸ ਵਾਰ ਲਾਲ ਕਿਲੇ ਤੋਂ ਕਿ ਅਗਲੀ 15 ਅਗਸਤ ਨੂੰ ਵੀ ਮੈਂ ਝੰਡਾ ਚਲਾਉਂਗਾ ਕਿ ਹਾਲੇ ਤੇ ਚੋਣਾਂ ਹੋਣੀਆਂ ਨੇ ਚਵੀ ਦੀਆਂ ਲੋਕੀ ਤੁਹਾਨੂੰ ਚੁਣਦੇ ਆ ਤਾਂ ਠੀਕ ਗੱਲ ਹੈ ਪਰ ਇਹ ਵਾਅਦਾ ਕਰ ਦੇਣਾ ਇਹਦੇ ਪਿੱਛੇ ਕਈ ਗੱਲਾਂ ਹੁੰਦੀਆਂ ਨੇ ਲੋਕੀ ਕਹਿਣਗੇ ਜੀ ਇਹਦਾ ਇਹਦਾ ਮਤਲਬ ਪੱਕਾ ਹੈ ਕਿ ਇਹਨਾਂ ਨੇ ਤਾਂ EVM ਦੇ ਨਾਲ ਜਿਹੜੀ ਛੇੜਛਾੜ ਕਰਕੇ ਜਿੱਤ ਲੈਣਾ ਜਿਹਨੇ ਪਹਿਲਾਂ ਦੋਸ਼ ਲੱਗਦੇ ਸੀ ਇਹ ਨਹੀਂ ਕਹਿੰਦੇ ਪਰ ਇਹ ਦਾਵਾ ਕਰਨਾ ਕਿ ਮੈਂ ਹੀ ਇਹ ਕੰਮ ਕਰਾਂਗਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਲੋਕਾਂ ਦਾ ਮੰਡਟ ਆਉਣਾ ਹੈਗਾ ਔਰ ਪੰਜਾਬ ਦੇ ਮਾਮਲੇ ਵਿੱਚ ਤਾਂ ਜਿਹੜੀ ਚਿੱਠੀ ਹੈ ਉਹ ਬੜੀ ਖਤਰਨਾਕ ਹੈ ਰਾਸ਼ਟਰਪਤੀ ਰਾਜ ਦੀ ਕਿਉਂਕਿ ਪੰਜਾਬ ਪਹਿਲਾਂ ਵੀ ਕਈ ਵਾਰੀ ਰਾਸ਼ਟਰਪਤੀ ਰਾਜ ਵੇਖ ਚੁੱਕਿਆ ਔਰ ਆਖਰੀ ਰਾਸ਼ਟਰਪਤੀ ਰਾਜ ਜਿਹੜਾ ਉਹ ਜੂਨ 1987 ਦੇ ਵਿੱਚ ਲੱਗਿਆ ਸੀ ਜਦੋਂ ਬਰਨਾਲਾ ਗਵਰਨਮੈਂਟ ਨੂੰ ਭੰਗ ਕੀਤਾ ਗਿਆ ਸੀ ਜੀ ਸੋ ਅਗਲੀ ਖਬਰ ਰੁਕ ਕਰਦੇ ਆਂ ਜੀ ਸਕੂਲਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨ ਇੱਕ ਸਕੂਲ ਦੇ ਵਿੱਚ ਖਾਸਾ ਵਾਪਰਿਆ ਸੀ ਜਿਹਦੇ ਚਲਦੇ ਇੱਕ ਐਸਐਸਟੀ ਅਧਿਆਪਕ ਦੀ ਮੌਤ ਹੋ ਜਾਂਦੀ ਹੈ ਜੀ ਆ ਬੀਬਾ ਰਵਿੰਦਰ ਕੌਰ ਹੋਣਾ ਦੀ ਬਹੁਤ ਦੁਖਦਾਈ ਮੌਤ ਹੋਈ ਹੈ 45 ਸਾਲਾਂ ਦੇ ਸੀ ਉਹ ਕੁਝ ਦਿਨ ਪਹਿਲਾਂ ਹੀ ਉਹ ਜਿਹੜਾ ਉਹ ਕੰਡੀ ਦੇ ਇਲਾਕੇ ਵਿੱਚੋਂ ਟਰਾਂਸਫਰ ਕਰਾ ਕੇ ਘਰੇ ਆਏ ਸੀ ਉਹਨਾਂ ਦੇ ਆਪਣੇ ਹਸਬੰਦ ਨੇ ਜਿਹੜੇ ਉਹ ਸਿਵਲ ਇੰਜੀਨੀਅਰ ਤੇ ਇੰਜੀਨੀਅਰ ਨੇ ਉੱਥੇ ਉਹ ਅਕੈਡਮੀ ਅਕੈਡਮੀ ਚਲਾ ਰਹੇ ਨੇ ਉਹਨਾਂ ਦਾ ਬੇਟਾ ਹੈ 11ਵੀਂ ਕਲਾਸ ਦੇ ਵਿੱਚ ਪੜਦਾ ਬਹੁਤ ਮਾੜੀ ਖਬਰ ਸੀਗੀ ਔਰ ਜੋ ਕੁਝ ਉੱਥੇ ਵਾਪਰਿਆ ਉਸ ਤੋਂ ਲੱਗਦਾ ਹੈ ਕਿ ਸਾਡੀਆਂ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਪਏ ਆ ਜਿਹੜੇ ਐਗਜ਼ੈਕਟਿਵਜ਼ ਨੇ ਲੋਕ ਜਿਹੜੇ ਕੰਮ ਕਰਦੇ ਥੱਲੇ ਜਿਹੜੇ ਇੰਜੀਨੀਅਰਜ਼ ਨੇ ਆਫੀਸਰਜ਼ ਨੇ ਉਹ ਕਈ ਵਾਰੀ ਧਿਆਨ ਨਹੀਂ ਰੱਖਦੇ ਇਹਨਾਂ ਗੱਲਾਂ ਦਾ ਔਰ ਜਿਹੜੀ ਉਹ ਘਟਨਾ ਵਾਪਰੀ ਹੈ ਉਹ ਘਟਨਾ ਦਾ ਇਹ ਪਤਾ ਲੱਗਿਆ ਹੈ ਕਿ ਉਸ ਜਿਹੜੀ ਉਹ ਇਮਾਰਤ ਹੈ ਉਹ 1960 ਦੀ ਇਮਾਰਤ ਹੈ ਜੀ ਭਾਵ ਕਿ ਉਹ ਕਿੰਨੇ ਸਾਲ 40 ਸਾਲ 45 ਸਾਲ ਪੁਰਾਣੀ ਇਮਾਰਤ ਹੈ ਉਹ 60 ਸਾਲ ਪੁਰਾਣੀ ਇਮਾਰਤ ਹੈ 60 ਸਾਲ ਤੱਕ ਤਾਂ ਉੰਜੀ ਜੜੀਆਂ ਨੇ ਉਹ ਚੂਣਾ ਚੂਲਾ ਜੜੀਆਂ ਨੇ ਉਹ ਹਿਲ ਜਾਂਦੀਆਂ ਨੇ ਤੇ ਇਮਾਰਤ ਇੰਦੀ ਪੁਰਾਣੀ ਇਮਾਰਤ ਨੂੰ ਔਰ ਉਹ ਸਕੂਲ ਆਫ ਐਮੀਨੈਂਸ ਡਿਕਲੇਅਰ ਕੀਤਾ ਹੋਇਆ ਔਰ ਦੂਸਰੀ ਗੱਲ ਇਹ ਵੀ ਆ ਉਥੇ ਕਿ ਉਥੇ ਇਹ ਇੱਕ ਗੱਲ ਸਾਹਮਣੇ ਆਈ ਕਿ ਜਿਹੜਾ ਠੇਕੇਦਾਰ ਹੈ ਉਹਨੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਬਿਲਡਿੰਗ ਦਾ ਮਟੀਰੀਅਲ ਨਵੀਂ ਦਾ ਪੁਰਾਣੀ ਬਿਲਡਿੰਗ ਦੇ ਉੱਤੇ ਹੀ ਰੱਖਦੇ ਰਹੇ ਔਰ ਉਹ ਜਿਹੜਾ ਉਹ ਭਾਰ ਨਹੀਂ ਚੱਲ ਸਕਿਆ ਔਰ ਇਸ ਕਰਕੇ ਹੁਣ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਇਹੋ ਜੀਆਂ ਘਟਨਾਵਾਂ ਨਾ ਵਾਪਰਨ ਕੁਝ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਕਰ ਦਿੱਤੀਆਂ ਨੇ ਜਾਰੀ ਔਰ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਹਨਾਂ ਗਾਈਡਲਾਈਨਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਜੀ ਖਬਰ ਅਮਨੀਸ਼ਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦਲੇ ਸੱٹے ਦਾ ਕੰਮ ਕਰਦਾ ਸੀ ਬੰਦਾ ਜੀ ਕਮਲ ਬੋਰੀ ਨਾਮ ਦਾ ਵਿਅਕਤੀ ਸੀਗਾ ਜੀ ਜਿਹਦੇ ਵੱਲੋਂ ਸੱਡੇ ਸੱٹے ਦਾ ਕੰਮ ਸੀਗਾ ਜੀ ਤੇ ਕਈ ਪੁਲਿਸ ਅਧਿਕਾਰੀ ਇੱਕ ਪਾਰਟੀ ਦੇ ਵਿੱਚ ਨੱਚਦੇ ਦਿਖਾਈ ਦੇ ਰਹੇ ਨੇ ਉਸ ਦਿਨ ਉਹਦੇ ਨਾਲ ਚੱਲਦੇ ਪੁਲਿਸ ਦੇ ਵਿੱਚ ਹੜਕਮ ਪਹੁੰਚ ਗਿਆ ਤੇ ਕਈਆਂ ਦੇ ਤਬਾਦਲੇ ਵੀ ਕਰਤੇ ਗਏ ਨੇ ਜੀ ਦੇਖੋ ਬਲਿੰਦਰ ਜੀ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਸਕੂਲ ਵਾਲੀ ਜੀ ਇਹ ਸਾਰੀਆਂ ਅੰਗਲੀਆਂ ਹੁੰਦੀਆਂ ਨੇ ਜਦੋਂ ਅਸੀਂ ਰੂਲਸ ਨੂੰ ਫਾਲੋ ਨਹੀਂ ਕਰਦੇ ਰੂਲਸ ਨੇ ਸਾਰਿਆਂ ਵਾਸਤੇ ਕਿ ਜਿਹੜੇ ਪੁਲਿਸ ਦਾ ਪੁਲਿਸ ਦਾ ਕੰਮ ਕੀ ਹੈ ਜੀ ਲਾ ਐਂਡ ਆਰਡਰ ਮੇਨਟੇਨ ਕਰਨਾ ਮਾੜੇ ਅਨਸਰਾਂ ਨੂੰ ਜਿਹੜਾ ਉਹ ਦਬੋਚਣਾ ਉਹਨਾਂ ਨੂੰ ਸੁਧਾਰ ਘਰਾਂ ਵਿੱਚ ਸੁਟਣਾ ਸੁਧਾਰਨਾ ਲੋਕਾਂ ਨੂੰ ਅਲਰਟ ਕਰਨਾ ਤੇ ਜੇ ਪੁਲਿਸ ਆਪ ਹੀ ਉਹਦੇ ਵਿੱਚ ਲੱਗ ਜੂਗੀ ਨਾਲ ਕੰਮ ਕਰਨ ਵਾਸਤੇ ਤੁਸੀਂ ਵੇਖਿਆ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜੀ ਜਿਹੜਾ ਟੀਨੂ ਦੀਪਕ ਦੀਪਕ ਟੀਨੂ ਸੀਗਾ ਜੀ ਉਹਨੂੰ ਘਰੇ ਰੱਖਿਆ ਗਿਆ ਡੀਐਸਪੀ ਵੱਲੋਂ ਪ੍ਰਿਤਪਾਲ ਸਿੰਘ ਉਹਦਾ ਨਾਮ ਸੀਗਾ ਉਹਨੂੰ ਘਰੇ ਰੱਖਿਆ ਗਿਆ ਉਹਨਾਂ ਨੇ ਚਾਲ ਚੱਲ ਕੇ ਫਿਰ ਉਹ ਉਥੋਂ ਭੱਜ ਗਿਆ ਭਾਵੇਂ ਉਹ ਫੜਿਆ ਗਿਆ ਬਾਅਦ ਦੇ ਵਿੱਚ ਪਰ ਇਹ ਪੁਲਿਸ ਦੀ ਨਾਲਾਈਕੀ ਆ ਇਸ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਕੱਲ ਹੀ ਇੱਕ ਜਿਹੜਾ ਸੁਸ਼ੀਲ ਕੁਮਾਰ ਡੀਐਸਪੀ ਇੱਕ ਫੜਿਆ ਗਿਆ ਉਸ ਤੇ ਦੋਸ਼ ਲੱਗੇ ਸੀਗੇ ਕਿ ਉਹਨੇ ਇੱਕ ਡੇਰੇ ਦੇ ਕਤਲ ਦੇ ਮਾਮਲੇ ਦੇ ਵਿੱਚ ਡੇਰੇ ਦੇ ਬੰਦੇ ਦਾ ਨਾਂ ਕੱਢਣ ਦੇ ਲਈ 20 ਲੱਖ ਰੁਪਏ ਦੀ ਮੰਗ ਕੀਤੀ ਸੀ ਉਹ ਪ੍ਰੂਫ ਸਾਹਮਣੇ ਆ ਗਏ ਉਹ ਹੁਣ ਕੋਰਟ ਦੇ ਵਿੱਚ ਜਾ ਕੇ ਪੇਸ਼ ਹੋਣਗੇ ਇਹ ਪਤਾ ਲੱਗਿਆ ਸੋ ਪੁਲਿਸ ਪੰਜਾਬ ਪੁਲਿਸ ਜਿਹੜੀ ਦੁਨੀਆ ਦੇ ਵਿੱਚ ਮੰਨੀ ਗਈ ਹੈ ਕਿਸੇ ਵਕਤ ਔਰ ਕਿ ਪੰਜਾਬ ਜਿਹੜੀ ਪੁਲਿਸ ਹੈ ਉਹ ਇੰਨਾ ਵਧੀਆ ਕੰਮ ਕਰਦੀ ਹੈ ਕਿਸੇ ਵਕਤ ਪੰਜਾਬ ਪੁਲਿਸ ਨੂੰ ਕਲਕੱਤਾ ਵੀ ਭੇਜਣਾ ਪਿਆ ਸੀ ਸਾਨੂੰ ਕਿਉਂਕਿ ਉੱਥੇ ਲੈਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਗਈ ਸੀਗੀ ਸੋ ਉਹਦੇ ਵਿੱਚ ਇਹੋ ਜਿਹੇ ਕਾਲੀਆਂ ਪੇਡਾਂ ਆ ਜਾਣ ਦੇ ਨਾਲ ਜਿਹੜੀ ਹੈ ਉਹ ਪੁਲਿਸ ਦੀ ਬਦਨਾਮੀ ਹੁੰਦੀ ਹੈ ਔਰ ਜਿਹੜੇ ਐਸਓਪੀ ਬਣੇ ਹੁੰਦੇ ਆ ਸਟੈਂਡਰਡ ਆਪਰੇਸ਼ਨ ਜਿਹੜੇ ਪ੍ਰੋਸੀਜਰ ਹੈਗੇ ਆ ਉਹ ਫਾਲੋ ਜਦੋਂ ਨਹੀਂ ਕੀਤੇ ਜਾਂਦੇ ਤਾਂ ਫੇਰੇ ਉਹ ਜੀਆਂ ਘਟਨਾਵਾਂ ਹੁੰਦੀਆਂ ਨੇ ਇਸੇ ਕਰਕੇ ਜਿਹੜੀ ਆਪਾਂ ਗੱਲ ਜੋੜਦੇ ਆ ਜਿਹੜੀ ਸਕੂਲ ਦੀ ਘਟਨਾ ਲੁਧਿਆਣੇ ਵਿੱਚ ਵਾਪਰੀ ਹੋ ਇਸੇ ਕਰਕੇ ਹੋਈ ਕਿ ਪੈਸੇ ਬਚਾਉਣ ਦੇ ਮਾਰਿਆਂ ਨੇ ਉਸ ਪੁਰਾਣੀ ਇਮਾਰਤ ਨੂੰ ਵਰਤਣਾ ਸ਼ੁਰੂ ਕੀਤਾ ਧਿਆਨ ਨਹੀਂ ਰੱਖਿਆ ਬੱਚਿਆਂ ਦਾ ਧਿਆਨ ਨਹੀਂ ਰੱਖਿਆ ਕਿ ਬੱਚੇ ਥੱਲੇ ਬੈਠੇ ਆ ਟੀਚਰ ਬੈਠੇ ਹੋਏ ਆ ਪੜ੍ਹਦੇ ਆ ਗਿਆ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਇਸੇ ਤਰ੍ਹਾਂ ਇਹਨਾਂ ਕੇਸਾਂ ਦੇ ਵਿੱਚ ਬਹੁਤ ਵਾਰੀ ਵੇਖਿਆ ਅਸੀਂ ਕਿ ਪੁਲਿਸ ਦੀ ਗੱਡੀਆਂ ਦੇ ਵਿੱਚੋਂ ਜਿਹੜੇ ਉਹ ਦੋਸ਼ੀ ਨੇ ਉੱਪਾ ਜ ਜਾਂਦੇ ਆ ਜੀ ਇਹਦਾ ਮਤਲਬ ਇਹ ਹੁੰਦਾ ਕਿ ਉਥੇ ਧਿਆਨ ਨਹੀਂ ਰੱਖਿਆ ਹੁੰਦਾ ਗਿਆ ਹੁੰਦਾ ਇਹਨਾਂ ਗੱਲਾਂ ਦਾ ਕਿ ਉਹਨਾਂ ਨੂੰ ਲੈ ਕੇ ਕਿਵੇਂ ਜਾਣਾ ਹੈ ਕਦੋਂ ਜਾਣਾ ਹੈ ਇਸੇ ਤਰ੍ਹਾਂ ਜਿਹੜੀ ਸਾਡੇ ਸੱਤ ਪਹਿਲ ਮਲਕ ਸਾਹਬ ਕਾ ਗਵਰਨਰ ਰਾਜਪਾਲ ਜੇ ਐਨ ਕੇ ਦੇ ਉਹਨਾਂ ਨੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਪੁਲਵਾਮਾ ਦਾ ਅਟੈਕ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਉਹਦੇ ਵਿੱਚ ਪ੍ਰੋਸੀਜਰ ਸੀ ਜਿਹੜਾ ਔਰ ਡਾਪਟ ਜਿਹੜਾ ਉਹ ਨਹੀਂ ਕੀਤਾ ਗਿਆ ਸੋ ਘਟਨਾਵਾਂ ਬੜੀਆਂ ਵੱਡੀਆਂ ਹੋ ਜਾਂਦੀਆਂ ਨੇ ਔਰ ਭੁਗਤਣੀਆਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਅੱਗੇ ਭੁਗਤਣੀਆਂ ਪੈਂਦੀਆਂ ਨੇ ਹੁਣ ਇਹਨਾਂ ਕੇਸਾਂ ਦੇ ਵਿੱਚ ਕੇਸ ਚੱਲਣਗੇ ਖੱਜਲ ਖਵਾਰੀ ਹੋਏਗੀ ਪਰਿਵਾਰ ਬਰਬਾਦ ਹੋਏਗਾ ਔਰ ਪੁਲਸ ਨੂੰ ਜਿਹੜੀ ਹੈ ਬਦਨਾਮੀ ਮਿਲੀ ਆ ਉਹ ਵਖਰੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀਂ ਬੜੈ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਪਿਲਦਰੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ